ਮੇਰੇ ਫਰੈਂਡਸ, ਮੈਂ ਹੂੰ ਲਾਡੈਸ ਮਾਨ ਤੇ ਮਾਨ ਟੌਕਿਸ ਤੇ ਤੁਹਾਡਾ ਸਵਾਗਤ ਹੈ। ਅੱਜ ਫਿਰ ਇੱਕ ਦਰਦ ਭਰੀ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹਾਂ। ਇੱਕ ਐਸੀ ਕਹਾਣੀ ਜਿਸ ਵਿੱਚ ਦਰਦ ਹੀ ਦਰਦ ਹੈ। ਉਹਨਾਂ ਆਪਣਿਆਂ ਦਾ ਦਰਦ ਜਿਹੜੇ ਵਿਛੜ ਗਏ, ਉਹਨਾਂ ਜ਼ਮੀਨਾਂ ਦਾ ਦਰਦ ਜਿਹੜੀਆਂ ਆਪਣੀਆਂ ਸੀ ਉਹ ਆਪਣੀਆਂ ਨਹੀਂ ਹੋ ਸਕੀਆਂ, ਉਹ ਭਾਈਚਾਰਕ ਸਾਂਝਾਂ ਜਿਹੜੀਆਂ ਹਮੇਸ਼ਾ ਹਮੇਸ਼ਾ ਵਾਸਤੇ ਖਤਮ ਹੋ ਗਈਆਂ, ਉਹ ਆਪਣੇ ਲੋਕ ਜਿਹੜੇ ਆਪਣੇ ਸੀ। ਤੇ ਭਰੀ ਕਹਾਣੀ ਨੂੰ ਅੱਗੇ ਲੈ ਕੇ ਚੱਲਦੇ ਹਾਂ ਤੇ ਮੇਰੇ ਨਾਲ ਇੱਕ ਬਾਪੂ ਜੀ ਨੇ ਜਿਨ੍ਹਾਂ ਨਾਲ ਮੇਰੀ ਮੁਲਾਕਾਤ ਹੋਈ, ਉਹ ਵੀ ਇਸ 47 ਦੀ ਵੰਡ ਵਿੱਚ ਉਹਨਾਂ ਨੂੰ ਵੀ ਇਹ ਕਸ਼ਟ ਝੱਲਣੇ ਪਏ ਤੇ ਅੱਜ ਮੈਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਆ ਤੇ ਆਓ ਉਹਨਾਂ ਨਾਲ ਦੋ ਪਲ ਗੱਲਾਂ ਕਰਦੇ ਹਾਂ ਜੀ। ਸਤਿ ਸ੍ਰੀ ਅਕਾਲ ਬਾਪੂ ਜੀ। ਸਤਿ ਸ੍ਰੀ ਅਕਾਲ ਬਾਪੂ ਜੀ, ਕੀ ਨਾਂ ਜੀ ਆਪਣਾ? ਗੁਰਮੀਤ ਸਿੰਘ। ਗੁਰਮੀਤ ਸਿੰਘ, ਬਾਪੂ ਜੀ ਕਿਸ ਕਾਸਟ ਨਾਲ ਸੰਬੰਧਿਤ ਹੈ ਜੀ ਆਪਾਂ? ਖੇਤੀ ਨਾਲ। ਖੇਤੀ ਨਾਲ। ਤੇ ਬਾਪੂ ਜੀ ਇੱਧਰ ਆਪਣਾ ਜਿਹੜਾ ਇਹ ਪਿੰਡ ਕਿਹੜਾ ਹੈ ਜੀ? ਆਹ ਪਿੰਡ ਬਾਊਪੁਰ। ਠੀਕ ਹੈ ਜੀ। ਤੇ ਜੀ ਇਹ ਜਿਹੜਾ ਆਪਣਾ ਉਧਰ ਪਿੰਡ ਸੀ ਉਹ ਯਾਦ ਆ ਤੁਹਾਨੂੰ? ਉਹ ਭੌਗਤੀਆਂ। ਭੌਗਤੀਆਂ, ਇਹ ਕਿੱਥੇ ਕੁ ਪੈਂਦਾ ਜੀ? ਇਹ ਭੌਗਤੀਆਂ ਲਾਹੌਰ ਦੇ ਲਾਗੇ, ਇਹਦੇ ਕੰਨ ਕੱਚ ਲਾਗੇ ਨਾ ਉਹਦੇ। ਅੱਛਾ, ਲਾਹੌਰ ਦੇ ਲਾਗੇ ਪਾਸੇ। ਠੀਕ ਹੈ ਜੀ। ਤੇ ਉੱਥੇ ਲਾਗੇ ਪਾਸੇ ਦੋ ਚਾਰ ਪਿੰਡਾਂ ਦਾ ਯਾਦ ਆ ਜੀ? ਪੂਰਾ ਕਿਆ ਉਹ ਛੋਟਾ ਜਿਹਾ ਪਿੰਡ ਫਜਾ ਵਾਲਾ ਹੁੰਦਾ, ਉਹ ਯਾਦ ਹੋ ਤਾਂ ਲਾਹੌਰ ਦੇ ਵਿੱਚ ਹੀ ਆ ਗਿਆ ਹੁਣ। ਠੀਕ ਹੈ ਜੀ। ਠੀਕ ਹੈ, ਹੋਰ ਕੋਈ ਯਾਦ ਹੋਵੇ ਤੇ? ਹੋਰ ਯਾਦ ਮੇਰੇ ਜਿਹੜੇ ਪਿੰਡ ਦਾ ਹੈਗੇ ਜੀ, ਟਾਈਮ ਵਾਵਾ ਹੋ ਗਿਆ, ਟਾਈਮ ਬੜਾ ਹੋ ਗਿਆ। ਅੱਛਾ ਜੀ। ਹੋਰ ਕੁਛ ਉਹਨਾਂ ਪਿੰਡਾਂ ਦੀ ਯਾਦ, ਕੋਈ ਮੇਲਾ ਕੋਈ ਜਾਂ ਹੋਰ ਕੋਈ ਦਰਗਾਹ ਦੇ ਮੇਲਾ ਜਾਂ ਵਿਸਾਖੀ ਦਾ ਮੇਲਾ ਜਾਂ ਹੋਰ ਕੋਈ ਇਹੋ ਜਿਹਾ ਇਕੱਠ ਹੁੰਦਾ ਹੋਵੇ ਜਾਂ ਤੁਹਾਨੂੰ ਯਾਦ ਹੋਵੇ ਕੋਈ ਹੈ ਜੀ? ਉਦੋਂ ਉੱਥੇ ਆਏ ਨੇ ਭੱਦਰਗਾਹ ਦਾ ਮੇਲਾ ਹੁੰਦਾ ਹੈ ਪਰ ਨਨਕਾਣੇ ਸਾਹਿਬ ਵਾਲੀ। ਇਹ ਭੱਦਰ ਕਾਲੀ ਆਲੂ ਇਹ ਭੱਦਰਗਾਹ ਦਾ ਮੇਲਾ ਵੱਜਦਾ ਸੀ ਉੱਥੇ ਨਨਕਾਣੇ ਦੇ ਨਾਲ ਹੀ। ਇਹ ਭੱਦਰ ਇਹ ਮਤਲਬ ਹਿੰਦੂ ਤਿਉਹਾਰ ਸੀ? ਹਿੰਦੂ ਤਿਉਹਾਰ ਹੈਨਾ, ਭੱਦਰ ਕਾਲੀ ਮਾਤਾ ਦਾ ਮੇਲਾ ਹੋਣਾ ਹੈ ਨਾ। ਹਾਂ ਹਾਂ, ਉਹ ਸ਼ਾਇਦ ਕਪੂਰਥਲੇ ਵੀ ਲੱਗਦਾ ਇੱਕ। ਜੀ ਜੀ। ਬਜ਼ੁਰਗ ਸਾਡੇ ਦਾਦਾ ਸੀ ਜਿਉਣ ਤੋਂ, ਮੇਰੇ ਬਾਪ ਦੇ ਨਾਲ ਜਿਉਣ ਤੋਂ। ਹਾਂਜੀ। ਇਹਦਾ ਫੁੱਫੜ ਦਾ ਭਰਾ ਉੱਥੇ ਉਹਦੇ ਮੁਹੰਮਦ ਜੈਲਦਾਰ ਇਕਬਾਲ ਤੋਂ। ਹਾਂਜੀ। ਉਹਦਾ ਇੱਕ ਮੁੰਡਾ ਦਿਲਾਵਰ ਸੀ, ਇੱਕ ਮੰਨਾ ਸੀ। ਜੀ ਜੀ। ਤੇ ਉਹ ਬਾਬਾ ਨਾਲ ਦਾ ਸੂਤਰ ਸੀ, ਫਿਰ ਉੱਥੇ ਹੀ ਉਹ ਰਹਿ ਗਏ, ਅਸੀਂ ਵੀ ਨਾਲ ਗਏ ਹਾਂ। ਅਸੀਂ ਵੀ ਰਾਤ ਰਾਤ ਬਜ਼ੁਰਗਾਂ ਦੇ ਵੀ ਸਾਡੀਆਂ ਕੁੜੀਆਂ ਕੜੀਆਂ ਵੀ ਕੱਲ ਮੁਹੰਮਦ ਨਾਲ ਹੋ ਗਏ, ਰੋਜ਼ ਬਹਿ ਗਏ, ਰਾਤ ਰਾਤ ਉਹ ਨਿਕਲ ਆਏ। ਮਜ਼ਬੀ ਸਿੰਘ ਸੀ ਉਹਨਾਂ ਤੁਹਾਡੀ ਉਧਰ ਆਉਣ ਲੱਗਿਆ ਮਦਦ ਕੀਤੀ। ਚਲੋ ਕੋਈ ਨੀ, ਉਹ ਵੀ ਆਪਾਂ ਗੱਲ ਕਰਦੇ। ਵੈਸੇ ਤੁਹਾਨੂੰ ਪਤਾ ਹੋਣਾ ਵੀ ਜਦੋਂ ਇਹ ਲੱਗਾ ਵੀ ਇਹ ਦੇਸ਼ ਬਣ ਗਿਆ ਹੁਣ ਤੇ ਹੁਣ ਜਾਣਾ ਪੈਣਾ ਸਾਨੂੰ ਉਧਰ, ਤੇ ਫਿਰ ਤੁਸੀਂ ਕੀ ਮਤਲਬ ਪਹਿਲਾ ਐਕਸ਼ਨ ਕੀ ਸੀ, ਪਹਿਲਾ ਕੰਮ ਕੀ ਸੀ? ਜੇ ਸਮਾਨ ਸਾਂਭੋ ਗੱਡਿਆ ਦੇ, ਪਹਿਲਾਂ ਸਮਾਨ ਸਮੂਨ ਗੱਡਿਆ ਸਾਂਭੋਗੇ ਨਾ, ਸਾਰਾ ਉੱਥੇ ਲੈ ਗਏ ਲਾਹੌਰ ਰਹਿੰਦੇ ਨਵਾਬ ਦੇ, ਬਾਬਾ ਨੇ ਸੂਤਰ ਬਣਾ ਹੋਗਾ। ਅੱਛਾ, ਠੀਕ ਹੈ। ਲਾਹੌਰ ਦੇ ਨਵਾਬਾਂ ਦੇ ਕੋਈ ਖਾਨਦਾਨ ਦਾ ਬੰਦਾ ਸੁਣਦਾ ਹੋਵੇ ਤੇ ਤੁਹਾਡੇ ਵੱਡੇ ਵਡੇਰੇ ਆ, ਸਾਡੇ ਇਲਾਕੇ ਦੇ ਮਹਾਂਪੁਰਸ਼ਾਂ ਦੀ ਮਦਦ ਕੀਤੀ ਸੀ, ਧੰਨਵਾਦ ਤੁਹਾਡਾ ਜੀ। ਤੇ ਜੀ ਅੱਛਾ, ਫਿਰ ਉੱਥੋਂ ਤੁਸੀਂ ਮਤਲਬ ਨਵਾਬਾਂ ਨੇ ਤੁਹਾਨੂੰ ਇੱਧਰ ਮਤਲਬ ਘੱਲਿਆ ਸਾਨੂੰ? ਆਹੋ, ਫਿਰ ਉਹਨਾਂ ਤੋਂ ਅਸੀਂ ਚੋਰੀ ਨਿਕਲ ਕੇ ਆਏ ਵੀ ਇੱਧਰ ਮੁਸਲਮਾਨ ਹੋਣਾ ਪਊਗਾ। ਮਤਲਬ ਉਹ ਚਾਹੁੰਦੇ ਸੀਗੇ ਮੁਸਲਮਾਨ ਬਣ ਜਾਓ? ਉਹ ਨਹੀਂ, ਉਹ ਸਾਨੂੰ ਰੱਖਦੇ ਸੂਤਰ ਜੋ ਹੀ। ਅੱਛਾ। ਉਹ ਸਾਡਾ ਬੁੱਢਾ ਫੁੱਫੜ ਸੀ ਨਾ, ਉਹਦਾ ਇਰਾਦਾ ਸੀ ਬਾਬਾ ਇੱਥੇ ਰਹੀਏ, ਨਾ ਛੱਡ ਕੇ ਜਾਈਏ। ਅੱਛਾ ਅੱਛਾ। ਸਾਡੇ ਬਜ਼ੁਰਗਾਂ ਸੋਚਿਆ ਵੀ ਸਾਨੂੰ ਫਿਰ ਕੁੜੀਆਂ ਮੁਸਲਮਾਨ ਨਾਲ ਵਿਹਣੀਆਂ ਬਣੀਆਂ, ਫਿਰ ਰਾਤ ਰਾਤ ਉਥੋਂ ਬਾਲਮੀਕੀ ਨੇ ਗੰਢਿਆ ਤੋਂ ਸੂਤਰ ਰੱਖਦੇ, ਉਹ ਛੱਡ ਕੇ ਗਿਆ ਜੀਜੇ ਬੱਗੇ ਸਾਨੂੰ। ਮਤਲਬ ਤੁਸੀਂ ਕੀ ਕੀਤਾ ਵੀ ਨਵਾਬਾਂ ਦਾ ਤੁਹਾਨੂੰ ਡਰ ਹੀ ਵੀ ਕਹਿਣਗੇ ਛੱਡੋ, ਐਵੇਂ ਕੀ ਐਵੇਂ ਜਾਣਾ ਉੱਜੜ ਕੇ ਇੱਥੇ ਰਹੋ ਟੋਰ ਨਾਲ ਕੀ ਮਾਰਿਆ ਮੁਸਲਮਾਨ ਬਣ ਜਾਓ? ਤੇ ਉਹਨਾਂ ਰੱਖ ਲਿਆ, ਉਹਨੂੰ ਰੱਖੀ ਲਾ ਰਹੇ ਉਹਨਾਂ ਦਾ। ਕਿਹਨੂੰ ਰੱਖਿਆ ਜੀ? ਬਾਲਸੋਂ ਨੂੰ। ਬਾਲਸੋਂ ਜੀ ਜਾਇਦਾਰ ਹੈ ਤੁਹਾਡਾ ਲੱਗਦਾ ਸੀ ਕੋਈ ਜੀ? ਹਾਂ, ਸਾਡੇ ਬੁੱਢੇ ਦਾ ਫੁੱਫੜ ਜੀ, ਤੁਹਾਡੇ ਬਾਪੂ ਦਾ ਫੁੱਫੜ ਬਾਲ ਸਿੰਘ, ਉਹ ਮੁਸਲਮਾਨ ਬਣ ਗਿਆ? ਉਹ ਮੁਸਲਮਾਨ ਬਣ ਗਿਆ ਉਧਰ ਹੀ। ਅੱਛਾ, ਇੱਥੇ ਲਾਹੌਰ 'ਚ? ਲਾਹੌਰ 'ਚ। ਉਹਨੇ ਤੁਹਾਨੂੰ ਪੁੱਛਿਆ ਸੀ ਉਦੋਂ ਹੀ ਬਣ ਗਿਆ? ਉਹ ਤੇ ਚੋਰੀ ਨਿਕਲ ਗਏ, ਉਹਨੇ ਕਿੱਥੋਂ ਬਣਨਾ? ਮਤਲਬ ਤੁਸੀਂ ਚੋਰੀ ਨਿਕਲ ਆਏ? ਉਹ ਜੇ ਕੁੜੀਆਂ ਦੋ ਟੱਬਰ ਸੀ ਕੋਲ, ਪਹਿਲੇ ਟੱਬਰ 'ਚ ਕੁੜੀਆਂ ਵੀ ਇੱਧਰ ਆ ਗਈਆਂ। ਅੱਛਾ ਜੀ। ਤੇ ਪਾਪ ਉਹਦੇ ਰਹਿ ਗਏ। ਅੱਛਾ ਅੱਛਾ, ਉਹਦੀ ਇੱਕ ਘਰ ਵਾਲੀ ਦੀਆਂ ਲੜਕੀਆਂ ਇੱਧਰ ਆ ਗਈਆਂ? ਇੱਧਰ ਆ ਗਏ, ਉਹ ਮਦਰਾ ਸਾਹਿਬ ਉੱਥੇ ਮੁਕਤਸਰ ਵਾਲ ਉੱਥੇ ਰਹਿੰਦੇ ਨੇ। ਅੱਛਾ, ਉਹ ਇੱਧਰ ਆ ਗਏ, ਕੁੜੀਆਂ ਆ ਗਈਆਂ। ਉਹ ਜਿਹੜੀ ਪਹਿਲੇ ਟੱਬਰ ਵਾਲੀ ਜਿਹੜੀ ਵਾਈਫ ਸੀ ਉਹ ਅਲੱਗ ਰਹਿੰਦੀ ਸੀ ਜਾਂ ਉਹ ਆਪੇ ਆ ਗਈ ਕਿਵੇਂ ਚੱਲੀ? ਉਹ ਕੁੜੀਆਂ ਨਾਲ ਹੀ ਫਿਰ ਆ ਗਈ। ਉਹ ਉਦੋਂ ਲਾਹੌਰ ਹੀ ਸੀ? ਉਹਨੇ ਦੋ ਵਿਆਹ ਕਰਾ ਲਏ ਪਿਛਲਾ, ਜੇ ਮੁੰਡੇ ਨੇ ਮੁਸਲਮਾਨੀ ਚੋ। ਨਹੀਂ ਨਹੀਂ, ਠੀਕ ਹੈ। ਮੈਂ ਜੋ ਕੁੜੀਆਂ ਜਿਸ ਮਾਂ ਦੀਆਂ ਕੁੜੀਆਂ ਸੀ ਉਹ ਆ ਗਈ, ਉਹ ਆਪੇ ਜਿੱਦਾਂ ਆਈਆਂ ਨੇ ਕੁੜੀਆਂ ਵਿਆਹੀਆਂ ਹੀ ਨਾ? ਅੱਛਾ, ਵਿਆਹੀਆਂ ਹੋਈਆਂ ਸੀ? ਅੱਛਾ ਅੱਛਾ, ਠੀਕ ਹੈ। ਉਹ ਆ ਗਿਆ ਤੇ ਜਿਹੜੇ ਉਹਦੀ ਦੂਜੀ ਫੈਮਿਲੀ ਸੀ ਉਹ ਉੱਥੇ ਰਹਿ ਗਏ, ਉਹ ਮੁਸਲਮਾਨ ਬਣ ਗਏ। ਕਿੰਨੇ ਬੱਚੇ ਸੀ ਜੀ ਉਹਨਾਂ ਦੇ? ਦੋ ਮੁੰਡੇ। ਅੱਛਾ, ਤੇ ਇਹ ਆਪਣੇ ਭਾਲ ਸਿੰਘ ਜੀ? ਭਾਲ ਸਿੰਘ। ਭਾਲ ਸਿੰਘ ਤੇ ਉਹਦੀ ਫੈਮਿਲੀ ਤੇ ਬੱਚੇ ਮੁਸਲਮਾਨ ਬਣ ਗਏ? ਬਣ ਗਏ ਜੀ। ਹੁਣ ਤੇ ਕਦੀ ਮਿਲਦੇ ਜੀ ਉਹਨਾਂ ਨੂੰ ਹੁਣ? ਮੈਂ ਤਾਂ ਛੋਟਾ ਗਿਆ ਸੀ। ਅੱਛਾ, ਉਹਦੀ ਨੋ ਹੈਗੀ ਇੱਕ। ਅੱਛਾ, ਚੇਅਰਮੈਨ ਹੈ ਉਹ ਉੱਥੇ, ਇੱਕ ਚੇਅਰਮੈਨ ਲਾਹੌਰ ਦੀ ਕਿਹੜੀ ਹੈ? ਲਾਹੌਰ ਦੀ ਉਧਰ। ਅੱਛਾ, ਲਾਹੌਰ ਦੀ ਚੇਅਰਮੈਨ ਉਹਨਾਂ ਦੀ ਨੋ ਹੈ ਜੀ? ਤੇ ਫੇਰ ਤੁਹਾਡਾ ਲਾਹੌਰ ਦੱਸੋ, ਤੁਹਾਡੀ ਤਾਂ ਫੁੱਲ ਲਾਹੌਰ ਚੱਲਣੀ ਚਾਹੀਦੀ ਹੈ ਜੀ।
ਛੋਟਾ ਮੇਰੇ ਤੋਂ ਗਿਆ ਸੀ ਬਹੁਤ ਸਮੇਂ ਉਹਦੇ ਜਿਹੜੇ ਉਹਦੇ ਭਰਾ ਸੀ ਨਾ ਹਾਂਜੀ ਉਹਦੇ ਗਾਂ ਉਹ ਵੀ ਉੱਥੇ ਰਹੇ ਉਹ ਉੱਧਰ ਹੀ ਨੇ ਅੱਛਾ ਜੀ ਧਰਮ ਦੇ ਹੁਣ ਰੱਬ ਨੇ ਉਹ ਕਿਹੜਾ ਬੁਰਾ ਕਿਹਨੂੰ ਬੁਰਾ ਕਹੀਏ ਹਰ ਕੋਈ ਆਪਣੇ ਆਪ ਨੂੰ ਚੰਗਾ ਸਮਝਾ ਸਾਰੀ ਚੰਗੀ ਆ ਉਹਦੇ ਬਾਅਦ ਜੇ ਗੱਲਾਂ ਤੇ ਉਧਰ ਫਿਰ ਤੁਹਾਡੇ ਛੋਟੇ ਭਰਾ ਜਾ ਕੇ ਆਏ ਆ ਤੇ ਕੀ ਦੱਸਦੇ ਵੀ ਉਧਰ ਕਿਵੇਂ ਪ੍ਰਾਹੁਣਚਾਰੀ ਕੀਤੀ ਕੀ ਕਾਰੋਬਾਰ ਹੁੰਦਾ ਬਹੁਤ ਕੰਮ ਵਧੀਆ ਅੱਛਾ ਜੀ ਟੈਲੀਫੋਨ ਲੈ ਆਉਣਾ ਜੀ ਉਹਦਾ ਸਰਟੀ ਲੈਂਦਾ ਹੋਣਾ ਹਾਂਜੀ ਤੇ ਤੁਹਾਡੇ ਨਾਲ ਗੱਲਬਾਤ ਨਹੀਂ ਹੋਈ ਨਹੀਂ ਗੱਲਬਾਤ ਨਹੀਂ ਸਾਡੇ ਚਾਚਾ ਉਹਦਾ ਭਤੀਜਾ ਵੀ ਇੱਧਰ ਹੀ ਨਾ ਲੱਖ ਰਹਿੰਦੇ ਉਹ ਇਹ ਨਹੀਂ ਇਹ ਗਏ ਨਹੀਂ ਸਗੋਂ ਆਪ ਜੀ ਗੁੱਸੇ ਹੋ ਗਏ ਕਿਤੇ ਅੱਛਾ ਜੀ ਅੱਛਾ ਜੀ ਉਹ ਭਰਾ ਆਪਣਾ ਗੁੱਸੇ ਹੋ ਗਿਆ ਨਿੱਕਾ ਭਰਾ ਵੱਡੇ ਨੂੰ ਗਾਲੀ ਕੱਢਣ ਲੱਗ ਪਏ ਵੀ ਤੂੰ ਉਹਦੇ ਮੁਸਲਮਾਨ ਬਣ ਗਿਆ ਹਾਂਜੀ ਅੱਛਾ ਗੁੱਸੇ ਹੋ ਗਿਆ ਆਪ ਜੀ ਅੱਛਾ ਅੱਛਾ ਮੁਸਲਮਾਨ ਕੇ ਬਣਿਆ ਤੇ ਬਾਪੂ ਜੀ ਮੈਂ ਇਹ ਗੱਲ ਪੁੱਛਣੀ ਚਾਹਾਂਗਾ ਕਿ ਜਿੱਦਾਂ ਇਹ ਤੁਹਾਡੀ ਫੈਮਿਲੀ ਜੋ ਤੁਹਾਡੇ ਇਹ ਰਿਲੇਟਿਵ ਸੀ ਇਹ ਮੁਸਲਮਾਨ ਬਣੇ ਤੇ ਹੋਰ ਵੀ ਕੋਈ ਆਸੇ ਪਾਸੇ ਤੁਸੀਂ ਤੁਹਾਨੂੰ ਯਾਦ ਆ ਵੀ ਮਤਲਬ ਇੱਧਰ ਆਉਣ ਦੀ ਜਗ੍ਹਾ ਉਹਨਾਂ ਨੇ ਕਿਹਾ ਮੁਸਲਮਾਨ ਬਣ ਜਾਓ ਕੋਈ ਇਹੋ ਜਿਹੀ ਘਟਨਾ ਹੋਈ ਨਹੀਂ ਉਦੋਂ ਨਹੀਂ ਆਈ ਚੋਰੀ ਰਾਤ ਆ ਗਏ ਨਹੀਂ ਉਦੋਂ ਕੋਈ ਹੋਈ ਨਹੀਂ ਘਟਨਾ ਨਹੀਂ ਮਤਲਬ ਉਹਦੇ ਬੰਦੇ ਰਾਜ ਬਹੁਤ ਉਤਰ ਮਰੇ ਦੇਖਿਆ ਗੱਡੀ ਵੀ ਸੜੀ ਉਦੋਂ ਜਦੋਂ ਵੱਡੇ ਹੁੰਦੇ ਗੱਡੀ ਸੜੀ ਆ ਜਿਹੜੀ ਗੱਡੀ ਸੜੀ ਤੁਸੀਂ ਅੱਖਾਂ ਨਾਲ ਦੇਖੀ ਦੇਖੀ ਉੱਥੋਂ ਜਿਹੜੀ ਟਾਟਾ ਟੱਪ ਕੇ ਆ ਇਹ ਕਿਹੜੀ ਜਗ੍ਹਾ ਗੱਡੀ ਖੜੀ ਸੀ ਉਸ ਗੱਡੀ ਖੜੋਤੀ ਹੈ ਜਿਹੜੇ ਲਾਹੌਰ ਨੂੰ ਇਹਦੇ ਅੰਮ੍ਰਿਤਸਰ ਨੂੰ ਕਿਤੇ ਗਈ ਹੈ ਉਧਰ ਨੂੰ ਅੱਛਾ ਨਹੀਂ ਇੱਕ ਤਾਂ ਜਿਹੜੀ ਉਹਨਾਂ ਨੇ ਵੱਢ ਕੇ ਇੱਧਰ ਘੱਲੀ ਸੀ ਤੇ ਇੱਕ ਗੱਡੀ ਨਾਲ ਵੱਢ ਕੇ ਉਧਰ ਘੱਲੀ ਸੀ ਗੱਡੀ ਸੜੀ ਸੀ ਸੜੀ ਉਹ ਸਾਰੀ ਸੜੀ ਤੇ ਵਿੱਚ ਲਾਸ਼ਾਂ 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 ਨਾਰ ਦੇ ਵਿੱਚ ਬੜੀਆਂ ਲਾਸ਼ਾਂ ਜਾਈਆਂ ਅੰਮ੍ਰਿਤਸਰ ਵਾਲੀ ਵੱਡੀ ਨਾਰ ਚ ਅੱਛਾ ਨੁਕਸਾਨ ਹੋਇਆ ਤੁਹਾਡੇ ਆਪਣੇ ਹੀ ਰਿਲੇਟਿਵ ਉਧਰ ਮੁਸਲਮਾਨ ਹੈਗੇ ਨੇ ਤੇ ਉਹਨਾਂ ਨੂੰ ਵੀ ਮਿਲਣ ਦੀ ਦਿਲ ਕਰਦਾ ਹੋਣਾ ਕਦੇ ਸਾਡੇ ਬਜ਼ੁਰਗਾਂ ਦਾ ਉਧਰ ਬੜਾ ਸੂਤਰ ਮੁਸਲਮਾਨ ਤਾਂ ਮੈਂ ਬਾਲਮੀਕੀ ਦੇ ਛੱਡ ਕੇ ਗਏ ਅੱਛਾ ਮਤਲਬ ਬਾਲਮੀ ਕੌਣ ਸੀ ਜਿਹੜੇ ਮਤਲਬ ਜਿਹੜੇ ਉਧਰ ਮਜ਼ਬੀ ਸੀ ਨਾ ਤੁਹਾਨੂੰ ਜਾਣਦੇ ਸੀ ਉਹ ਨੇੜ ਸੀ ਬੁੱਢਿਆਂ ਨਾਲ ਬੜਾ ਉਹ ਕੀ ਸੀ ਮੁਸਲਮਾਨ ਸੀ ਕਿ ਸਿੱਖ ਸੀ ਨਹੀਂ ਉਹ ਮੁਸਲਮਾਨ ਦੇ ਆਪਣੇ ਮੁਸਲਮਾਨ ਸਾਈ ਹੁੰਦੇ ਨੇ ਅੱਛਾ ਅੱਛਾ ਜੀ ਅੱਛਾ ਅੱਛਾ ਉਹਨਾਂ ਦਾ ਸੂਤਰ ਬੜਾ ਸੀ ਉਹ ਫਿਰ ਜੀਆ ਬਗਾ ਪਿੰਡ ਹੀ ਉੱਥੇ ਛੱਡ ਗਏ ਸਾਨੂੰ ਕਾਫਲੇ ਦੇ ਨਾਲ ਲਾ ਗਏ ਠੀਕ ਹੈ ਜੀ ਅੱਛਾ ਅੱਛਾ ਉਤਰਾ ਦਾ ਉਹਨਾਂ ਕੀ ਹੋਡੀ ਰਵਾ ਨਹੀਂ ਤੇ ਉਹ ਉਹਨਾਂ ਦੀ ਗਿਣਤੀ ਕਿੰਨੀ ਸੀ ਜੋ ਮਜਬੀ ਸਿੰਘ ਜੇ ਤੁਹਾਨੂੰ ਜਿਹੜੀ ਮਜਬੀ ਕਾਮੇਡੀ ਤਾਂ ਛੱਡ ਕੇ ਗਏ ਲੋਕ ਉਹ ਕਿੰਨੇ ਸੀ ਉਸ ਟਾਈਮ ਉਹ ਬਾਬਾ ਜੀ ਤੁਹਾਡੇ ਨਾਲ ਸਾਡੇ ਨਾਲ 15 16 ਬੰਦੇ ਜਿਹੜੇ ਛੱਡ ਕੇ ਗਏ ਠੀਕ ਹੈ ਠੀਕ ਹੈ ਤੇ ਤੁਹਾਡੇ ਕੋਲ ਬਾਪੂ ਜੀ ਹਥਿਆਰ ਵਗੈਰਾ ਨਹੀਂ ਸੀ ਅਜੇ ਨਾ ਉਹਨੂੰ ਕਰਪਾਨਾ 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 ਆਈਆਂ ਹੀ ਆ ਨਾ ਉਹ ਰਫਾ ਸੀ ਉਹ ਉੱਥੇ ਕੋਲ ਜਿਹੜਾ ਫੁੱਫੜ ਗਿਆ ਸਾਡੇ ਬਜ਼ੁਰਗਾਂ ਦਾ ਅੱਛਾ ਜੀ ਉਹਦੇ ਕੋਲ ਹਥਿਆਰ ਹੈ ਗਏ ਦੋਵੇਂ ਠੀਕ ਹੈ ਉਹ ਫਿਰ ਉੱਧਰ ਰਹਿ ਗਿਆ ਤੇ ਉਹ ਉਹਦਾ ਮਤਲਬ ਮਨ ਕਰਦਾ ਸੀ ਉੱਥੇ ਰਹਿਣ ਨੂੰ ਉਹਦਾ ਉਹਨਾਂ ਨਾਲ ਸੂਤਰ ਬੜਾ ਪਹਿਲਾਂ ਤੋਂ ਲਾਈ ਅੱਛਾ ਉਹਨੇ ਸੋਚਿਆ ਚਲੋ ਛੱਡੋ ਅੱਜ ਦੇ ਰੋ ਡੋ ਨਾ ਹਾਂਜੀ ਪਹਿਲਾਂ ਹੀ ਉਹਨਾਂ ਨਾਲ ਟੋ ਉਹਨਾਂ ਨੇ ਰਹਿੰਦਾ ਹੁੰਦਾ ਜ਼ਿਆਦਾ ਟੋ ਟੋ ਨਾਲ ਜ਼ਿਆਦਾਦਾਰ ਹੈਗਾ ਸੀ ਹਾਂਜੀ ਤੇ ਉਹ ਬੱਤੇ ਪਤਾ ਜ਼ਿਆਦਾਦਾਰ ਹੁੰਦਾ ਸੀ ਰੂਪ ਪੂਰਾ ਜੀ ਜੀ ਤੇ ਬਾਪੂ ਜੀ ਕਦੇ ਪਿੰਡ ਜਾਣ ਦਾ ਉੱਧਰ ਪਾਕਿਸਤਾਨ ਦਿਲ ਕੋਈ ਮੌਕਾ ਮਿਲੇ ਦਿਲ ਕਰਦਾ ਜੀ ਜੇ ਮੌਕਾ ਮਿਲ ਗਿਆ ਤੇ ਗੇੜਾ ਲਾ ਕੇ ਆਵਾਂਗੇ ਹਾਂਜੀ ਮਿੱਥੋਂ ਕਿ ਛੋਟਾ ਗਿਆ ਗੇੜਾ ਲਾ ਆਇਆ ਉਹਦਾ ਕੰਮ ਬੜਾ ਸੂਤਰ ਦਾ ਕੰਮ ਸਹੀ ਦੇ ਬੰਦੇ ਸਾਰੇ ਬਜ਼ੁਰਗਾਂ ਨੂੰ ਵੀ ਜਾਣਦੇ ਸੀ ਅੱਛਾ ਜੀ ਪਿੰਡ 'ਚ ਸੂਪ ਬੜਾ ਸਾਡੇ ਬਜ਼ੁਰਗਾਂ ਦਾ ਤੇ ਜਿਹੜੇ ਬਜ਼ੁਰਗ ਆ ਹੁਣ ਤੇ ਉਹ ਜਿੱਦਾਂ ਉਹ ਇਸਲਾਮੀ ਗੈਟ ਅਪ ਹੁੰਦਾ ਤੇ ਉਹ ਬਹਿ ਕੇ ਤੇ ਹੁੱਕੇ ਪੀਂਦੇ ਹੋਣੇ ਹੁਣ ਹਾਂਜੀ ਆਪਣੇ ਦਾ ਆਪਣੇ ਹੁੱਕਾ ਬੈਨ ਆ ਇੱਥੇ ਸਿੱਖਾਂ 'ਚ ਹਾਂ ਤੇ ਉਹ ਨਹੀਂ ਉਹ ਵੀ ਹੁੱਕਾ ਘੱਟ ਹੀ ਪੀਂਦਾ ਹੋਣਾ ਅੱਛਾ ਜੀ ਉਹਨੂੰ ਬਾਬ ਨਹੀਂ ਹੁੱਕਾ ਪੀਂਦੇ ਅੱਛਾ ਲੈਂਡਲਾਰਡ ਬੰਦੇ ਉਹ ਇਹੋ ਜਿਹੇ ਕੰਮਾਂ ਦੇ ਨਹੀਂ ਠੀਕ ਹੈ ਜੀ ਤੇ ਚਲੋ ਪੜ੍ਹਾਈ ਗੱਲ ਤੇ ਉਹਦੇ ਕੁੜਮ ਬਣ ਕੇ ਉਹਦੇ ਪੜ੍ਹਾਈ ਗਏ ਪਿੰਡ ਉੱਥੇ ਉਹਦੇ ਮੁੰਡੇ ਵਿਆਹ ਗਏ ਉਹ ਜੱਟ ਉੱਥੇ ਮੁਸਲਮਾਨ ਹੋਏ ਹਾਂਜੀ ਠੀਕ ਹੈ ਅੱਛਾ ਉਹ ਜਿਹੜੇ ਉਹ ਜਿਹਨਾਂ ਨੇ ਵਿਆਹ ਗਏ ਉਹ ਮਤਲਬ ਪਹਿਲਾਂ ਜੱਟ ਸੀ ਜਾਂ ਉਹਨਾਂ ਵੀ ਪਹਿਲਾਂ ਵੀ ਜੱਟ ਸੀ ਉਹ ਪਹਿਲਾਂ ਜੱਟ ਸੀ ਨਹੀਂ ਮਤਲਬ ਪਹਿਲਾਂ ਸਿੱਖ ਸੀ ਉਹ ਮੁਸਲਮਾਨ ਬਣੇ ਨਹੀਂ ਪਹਿਲਾਂ ਸਿੱਖ ਸੀ ਅੱਛਾ ਉਹ ਉਧਰ ਉਹ ਵੀ ਰਹਿ ਗਏ ਨੇ ਅੱਛਾ ਉਹ ਵੀ ਰਹਿ ਗਏ ਬੰਦੇ ਲੈਣ ਲਾੜੇ ਉਹ ਵੀ ਤੋਂ ਜ਼ਮੀਨ ਦਾ ਕਰਕੇ ਉਧਰ ਇਹ ਕਿਹੜਾ ਪਿੰਡ ਸੀ ਜਿਹੜਾ ਜੀ ਭਾਈਪੁਰ ਭਾਈ ਅੱਛਾ ਜੇ ਭਾਈਪੁਰ ਦੇ ਆ ਉਹ ਵੀ ਮਤਲਬ ਜਿਹੜੇ ਰਿਲੇਟਿਵ ਸੀ ਉਹ ਵੀ ਮਤਲਬ ਸਿੱਖ ਹੀ ਸੀਗੇ ਸਿੱਖ ਸੀ ਭਾਈ ਤੇ ਉਹਨਾਂ ਨੇ ਫਿਰ ਸਿੱਖ ਧਰਮ ਛੱਡ ਕੇ ਸਰਦਾਰ ਹੀ ਭਾਈ ਗੱਲ ਉਹ ਵੀ ਇਸਲਾਮ ਕਬੂਲ ਕਰ ਲਿਆ ਉਹਨਾਂ ਠੀਕ ਹੈ ਜੀ ਤੇ ਚਲੋ ਬਾਪੂ ਜੀ ਤੁਸੀਂ ਮਿਲਣ ਦਾ ਮੌਕਾ ਦਿੱਤਾ ਜੀ
ਦੁਆ ਕਰਦੇ ਹਾਂ ਜੀ ਕਿਤੇ ਇਹੋ ਜਿਹਾ ਮੌਕਾ ਮਿਲੇ ਤੇ ਤੁਸੀਂ ਆਪਣੇ ਉਸ ਏਰੀਏ ਚ ਘੁੰਮ ਜਾਓ ਜਿੱਥੇ ਤੁਹਾਨੂੰ ਉਹ ਵਾਹਿਗੁਰੂ ਦੇ ਵਾਸਤੇ। ਨਹੀਂ ਜੀ ਕੋਈ ਗੱਲ ਨੀ ਜੀ, ਵਾਹਿਗੁਰੂ ਸਭ ਕਰਦਾ ਜੀ, ਵਾਹਿਗੁਰੂ ਨੂੰ ਪਤਾ ਵੀ ਆਹ ਕਰਨਾ ਵਾ ਤੇ ਬੰਦੇ ਚਾਹੁੰਦੇ, ਬੰਦੇ ਦੇ ਦਿਲ ਦੀ ਤਮੰਨਾ ਆ ਤੇ ਤਮੰਨਾ ਉਹ ਆਸਾ ਮੁਰਾਦਾਂ ਪੂਰੀਆਂ ਕਰਦਾ ਜੀ, ਉਹ ਟਾਈਮ ਆਵੇ ਆਸਾ ਮੁਰਾਦਾਂ ਪੂਰੀਆਂ ਕਰੇ। ਤੁਸੀਂ ਜੀ ਆਪਣੇ ਉਧਰ ਪਿੰਡ ਘੁੰਮ ਗਿਆ ਜੀ, ਬਹੁਤ ਬਹੁਤ ਧੰਨਵਾਦ ਜੀ।